ਬਰਨਾਲਾ ਦੇ ਸੇਵਾ ਕੇਂਦਰ ਸਰਕਾਰ ਦੇ ਲਈ ਚਿੱਟੇ ਹਾਥੀ ਸਾਬਤ ਹੋ ਰਹੇ ਨੇ। ਬਰਨਾਲਾ ਅਧੀਨ ਪੈਂਦੇ ਇੱਕ ਕਸਬਾ ਹੰਡਿਆਇਆ ਦੇ ਸੇਵਾ ਕੇਂਦਰ ਦਾ ਜਦੋਂ ਦੌਰਾ ਕੀਤਾ ਗਿਆ ਤਾਂ ਕੰਮ ਕਰਾਉਣ ਆਏ ਲੋਕ ਬੇਰੰਗ ਪਰਤ ਰਹੇ ਸਨ। ਇਹਨਾਂ ਖਾਲੀ ਹੱਥ ਪਰਤੇ ਲੋਕਾਂ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਕੇਂਦਰ ਵਿੱਚ ਨਾ ਤਾਂ ਕੋਈ ਮੁਲਾਜ਼ਮ ਬੈਠਾ ਹੈ, ਸਗੋਂ ਕੁਰਸੀਆਂ ਖਾਲੀ ਹੋਣ ਕਾਰਨ ਅਤੇ ਬਿਜਲੀ ਗੁੱਲ ਹੋਣ ਕਾਰਨ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਧਾਰ ਕਾਰਡ ਵਾਸਤੇ ਆਈ ਸੀ, ਸਟਾਫ ਹੁਣ ਇੱਥੇ ਆਏ ਤਾਂ ਹੀ ਨਹੀਂ ਗਾ ਜੀ, ਕੁਛ ਵੀ ਨਹੀਂ, ਇਹਦਾ ਕੁੱਤੇ ਭਗਾਈ ਆ ਜੀ, ਆ ਕੇ ਮੁੜ ਗਏ। ਇੱਥੇ ਵਧੀਆ ਸੀਗਾ, ਅੱਗੇ ਚੱਲੀ ਜਾਂਦਾ ਸੀਗਾ, ਬੁੜੀਆਂ ਕੁੜੀਆਂ ਆ ਜਾਂਦੀਆਂ ਸੀ, ਹੁਣ ਦੂਰ ਕਿੱਥੇ ਜਾਣਗੇ ਜੀ। ਅਸੀਂ ਤਾਂ ਮੰਗ ਇਹ ਚਾਹੁੰਦਾ ਵੀ ਇੱਥੇ ਹੀ ਰਹੇ ਜੀ। ਅਸੀਂ ਜਾਤੀ ਸਰਟੀਫਿਕੇਟ ਬਣਾਉਣ ਆਏ ਸੀਗੇ ਜੀ, ਅਤੇ ਜਦੋਂ ਇੱਥੇ ਅੰਦਰ ਆਏ ਨਾ ਹੀ ਕੋਈ ਮੁਲਾਜ਼ਮ ਹੈ, ਇੱਥੇ ਇਕੱਲਾ ਸਕਿਉਰਟੀ ਗਾਰਡ ਬੈਠਾ ਸੀਗਾ। ਕਹਿੰਦਾ ਜੀ ਸਾਰੇ ਮੁਲਾਜ਼ਮ ਕਹਿੰਦਾ ਬਰਨਾਲੇ ਚਲੇ ਗਏ ਨੇ, 3 ਮਹੀਨੇ ਹੋ ਗਏ, ਕਹਿੰਦਾ ਲਾਈਟ ਵੀ ਬੰਦ ਹੈ ਇੱਥੇ, ਬਹੁਤ ਪਰੇਸ਼ਾਨੀ ਆਉਂਦੀ ਆ। ਅਸੀਂ ਮੰਗ ਕਰਦੇ ਹਾਂ ਜੀ ਸਾਨੂੰ ਜਲਦੀ ਜਲਦੀ ਚਲਾਇਆ ਜਾਵੇ, ਐਡਾ ਵੱਡਾ ਸਾਡਾ ਪਿੰਡ ਹੈ ਇੱਥੇ, ਅਤੇ ਇੰਨੇ ਜਾਣੇ ਨੂੰ ਬਰਨਾਲੇ ਜਾਣਾ ਬਹੁਤ ਜ਼ਿਆਦਾ ਮੁਸ਼ਕਲ ਹੈਗਾ, ਅਸੀਂ ਮੰਗ ਕਰਦੇ ਹਾਂ ਜਲਦੀ ਜਲਦੀ ਇਹਨੂੰ ਚਾਲੂ ਕੀਤਾ ਜਾਵੇ। ਇਸ ਮਾਮਲੇ ਸੰਬੰਧੀ ਨਗਰ ਪੰਚਾਇਤ ਹੰਡਾਇਆ ਦੇ ਪ੍ਰਧਾਨ ਦਾ ਕਹਿਣਾ ਕਿ ਉਹ ਸੇਵਾ ਕੇਂਦਰਾਂ ਦੇ ਬਿੱਲ ਦਾ ਭੁਗਤਾਨ ਨਹੀਂ ਕਰਵਾ ਸਕਦੇ ਕਿਉਂਕਿ ਨਗਰ ਪੰਚਾਇਤ ਹੰਡਾਇਆ ਪਹਿਲਾਂ ਹੀ ਘਾਟੇ ਵਿੱਚ ਚੱਲ ਰਹੀ ਹੈ। ਸੇਵਾ ਕੇਂਦਰ ਦੇ ਵਿੱਚ ਨਾ ਪਿਛਲੇ 4-5 ਮਹੀਨਿਆਂ ਦੇ ਵਿੱਚ ਉਹ ਦਿੱਕਤ ਇਹ ਆ ਰਹੀ ਹੈ ਵੀ ਜਿਹੜਾ ਆਪਣਾ ਸੇਵਾ ਕੇਂਦਰ ਹੈ ਉਹਦੇ ਵਿੱਚ ਬਿਜਲੀ ਦਾ ਇਹਨਾਂ ਨੇ ਬਿੱਲ ਨਹੀਂ ਭਰਿਆ ਸੀ, ਜੋ ਕਿ ਬਿਜਲੀ ਦਾ ਮੀਟਰ ਕੱਟਿਆ ਗਿਆ। ਇਹ ਉਦੋਂ ਮੁੜ ਕੇ ਜਨਰੇਟਰ ਚਲਾਉਂਦੇ ਆ, ਜਨਰੇਟਰ ਚਲਾਉਣ ਲਈ ਇਹਨਾਂ ਕੋਲ ਡੀਜ਼ਲ ਵੀ ਨਹੀਂ ਹੁੰਦਾ, ਜੇ ਚਲਾਉਂਦੇ ਤਾਂ 1/2 ਘੰਟਾ ਮਸਾਂ ਚਲਾਉਂਦੇ ਆ, ਮੁਲਾਜ਼ਮ ਵੀ ਨਹੀਂ ਆ ਰਹੇ, ਬਾਹਰੋਂ ਜਿੰਦਾ ਲੱਗਿਆ ਹੁੰਦਾ, ਅੰਦਰ ਆਪਦਾ ਕੰਮ ਕਰਦੇ ਜਾਂ ਨਹੀਂ ਕਰਦੇ, ਕਿਉਂਕਿ ਇੱਥੇ ਖੱਜਲ ਖੁਆਰ ਹੋ ਰਹੇ ਆ ਲੋਕ ਬਹੁਤ ਜ਼ਿਆਦਾ, ਵੀ ਮਤਲਬ ਕਿ ਸੇਵਾ ਕੇਂਦਰ ਇੱਕ ਤਰ੍ਹਾਂ ਦਾ ਬੰਦ ਕਿਨਾਰੀ ਹੈ। ਅਤੇ ਦੂਜਾ ਅਸੀਂ DC ਸਾਹਿਬ ਤੋਂ ਮੰਗ ਵੀ ਕਰਦੇ ਹਾਂ, ਜਾ ਕੇ ਵੀ ਆਉਂਦੇ ਹਾਂ ਵੀ ਸਾਡਾ ਜਿਹੜਾ ਨਵਾਂ ਸੁਵਿਧਾ ਕੇਂਦਰ ਹੈ ਉਹ ਇੱਥੇ ਕਚਹਿਰੀ ਚੌਂਕ ਦੇ ਵਿੱਚ ਖੁੱਲ੍ਹਿਆ ਹੋਇਆ, ਜੋ ਕਿ ਸਾਡੇ ਹੰਡਾਇਆ ਤੋਂ ਸਾਰੇ 2.5 ਕਿਲੋਮੀਟਰ ਹੈ, ਵੀ ਸਾਨੂੰ ਉੱਥੇ ਸੁਵਿਧਾ ਨੂੰ ਜ਼ਿਆਦਾ ਇਹਨੂੰ ਪ੍ਰੋਪਰ ਤਰੀਕੇ ਨਾਲ ਚਲਾਇਆ ਜਾਵੇ, ਜਾਂ ਇਹਨੂੰ ਬੰਦ ਕਰਕੇ ਅਸੀਂ ਫਿਰ ਉੱਥੇ ਕਚਹਿਰੀ ਚੌਂਕ 'ਚ ਜਾਣ ਲੱਗੇ। ਤੁਸੀਂ ਦੇਖ ਰਹੇ ਹੋ ਪਟਿਆਲਾ TV ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ TV।